ਸਾਡੇ ਸ਼ਿਵ ਸੈਨਾ ਪੰਜਾਬ ਦੇ ਟਕਸਾਲੀ ਲੀਡਰ ਨੇ ਸੰਦੀਪ ਥਾਪਰ ਗੋਰਾ ਜੀ, ਉਹ ਅੱਜ ਸਮੇਂਦਰ ਟਰੱਸਟ ਦੇ ਫੰਕਸ਼ਨ ਤੇ ਆਏ ਸੀਗੇ। ਕੁਛ ਸ਼ਰਾਰਤੀ ਅਨਸਰਾਂ ਨੇ ਕੇਸਧਾਰੀ ਨੀਲਾ ਬਾਣਾ ਪਾਇਆ ਸੀ, ਕਿਰਪਾਨਾ ਮਾਰ ਕੇ ਸਾਡਾ ਭਰਾ ਛਿਲਤਾ, ਕਿਰਪਾਨਾ ਸਿਰ ਤੇ, ਬਾਹਾਂ ਵੱਢਦੀਆਂ, ਪੇਟ ਵੱਢਦਾ, ਕੰਡੀਸ਼ਨ ਸੀਰੀਅਸ ਹੈ, ਸਿਰ ਦਾ ਬਲੱਡ ਨਹੀਂ ਰੁਕ ਰਿਹਾ। ਪੁਲਿਸ ਕਮਿਸ਼ਨਰ ਦੀ ਇਹ ਦਾ ਸਾਰੀ ਇਹ ਸਾਰਾ ਨਿਕੰਮਾ 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 ਲੁਧਿਆਣਾ ਪੁਲਿਸ ਕਮਿਸ਼ਨਰ, ਜਿਹੜਾ ਆਪਣੀ ਫੀਲਿੰਗ ਡੀਜੀਪੀ ਨਾਲ ਵੱਧ ਲੈਂਦਾ ਆ, ਜਿਹੜਾ ਸੀਐਮ ਭਗਵੰਤ ਮਾਨ ਕਹਿੰਦਾ ਮੈਂ ਸੀਐਮ ਆ, ਸੀਐਮ ਕੋ ਸੀਐਮ ਨਹੀਂ, ਮੈਂ ਸੀਐਮ ਆ, ਮੈਂ ਲੁਧਿਆਣਾ ਸ਼ਹਿਰ ਦਾ ਬਾਪ ਆ, ਹਿੰਦੂਆਂ ਦਾ ਖੂਨ ਆ ਲੁਧਿਆਣੇ ਚ, ਪੁਲਿਸ ਨੀ ਆਈ ਇੱਕ ਘੰਟਾ ਹੈ ਜਿਹੜੀ ਪੰਜਾਬ ਦੀ ਸਰਕਾਰ ਨੂੰ ਵੀ ਇੱਕ ਮਿੰਟ ਇੱਕ ਗੱਲ ਹੋਰ ਸੁਣੋ, ਸੀਰੀਅਸ ਗੱਲ ਸੁਣੋ, ACP ਸੈਂਟਰਲ ਨੇ ਜਿਹੜੇ ਮੈਡਮ ਨੇ ਉਹ ਆਪਦੀ ਫੀਲਿੰਗ ਹੈ ਅਤੇ ਲੁਧਿਆਣਾ ਸੀ ਪੀ ਸਾਹਿਬ ਜਿਹੜੀ ਫੀਲਿੰਗ ਹੈ ਉਹ DGP ਸਾਹਿਬ ਨਾਲੋਂ ਵੱਧ ਲੈਂਦੇ ਹੈ। ਉਹ ਕਹਿੰਦੇ ਸੀਐਮ ਭਗਵੰਤ ਮਾਨ ਮਾਲਕ ਥੋੜ੍ਹੀ ਹੈ, ਮਾਲਕ ਤਾਂ ਮੈਂ ਹਾਂ, ਮੈਂ ਮਾਲਕ ਹਾਂ ਜਿਹਦੇ ਦਾ, ਭਗਵੰਤ ਮਾਨ ਕੌਣ ਹੈ, DGP ਕੌਣ ਹੈ, ਇਹੋ ਜਿਹੀਆਂ ਸ਼ਬਦਾਵਲੀ ਬੋਲਣ ਵਾਲੇ ਲੁਧਿਆਣਾ ਪੁਲਿਸ ਕਮਿਸ਼ਨਰ ਸਾਹਿਬ। ਇਹ ਨਤੀਜਾ ਤੁਹਾਡੇ ਫੇਕ ਐਨਕਾਊਂਟਰ ਕੀਤੇ ਹੋਏ, ਇਹ ਨਤੀਜਾ ਸਿਰਫ ਝੂਠੀ ਵਾਹਵਾ ਹੀ ਲੈਣ ਦੇ ਚੱਕਰ 'ਚ, ਇਹ ਨਤੀਜਾ ਹਿੰਦੂਆਂ ਦੇ ਲਈ। ਅੱਜ ਲੁਧਿਆਣਾ ਸ਼ਹਿਰ ਦਾ ਐਡਾ ਵੱਡਾ 5 ਕਦਮਾਂ ਦੇ ਚੌਂਕੀ, 10 ਕਦਮਾਂ ਦੇ ACP ਸੈਂਟਰਲ ਦਫ਼ਤਰ, ਫਿਰ ਵੀ ਪੁਲਿਸ ਘੰਟੇ ਬਾਅਦ ਆਈ, ਘੰਟੇ ਬਾਅਦ ਇਹਨਾਂ ਨਾਲੋਂ ਉਹ ਸੱਚੋ ਵਧੀਆ ਆ ਇਹਨਾਂ ਨਾਲੋਂ। ਇੱਥੇ ਅਸੀਂ ਰਵਿੰਦਰ ਅਰੋੜਾ ਜੀ ਦੀ ਬਰਸੀ 'ਤੇ ਆ ਰਹੇ ਸੀਗੇ, ਸੰਦੀਪ ਗੋਰਾ ਥਾਪਰ ਜੀ, ਇਹ ਹੈਗੀ ਜੀ ਸਿਵਲ ਹੋਸਪਿਟਲ ਹੈ, ਇੱਥੇ ਅਸੀਂ ਮੱਥਾ ਟੇਕਣ ਆਏ ਸੀਗੇ, ਰਵਿੰਦਰ ਅਰੋੜਾ ਜੀ ਦੀ ਬਰਸੀ ਹੈ, BJP ਦੇ ਸੀਨੀਅਰ ਆਗੂ ਸੀਗੇ, ਅਤੇ 10-10 ਮਿੰਟ ਦਾ ਸਾਡਾ ਫਰਕ ਪਿਆ। 10 ਮਿੰਟ ਪਹਿਲਾਂ ਸੰਦੀਪ ਗੋਰਾ ਥਾਪਰ ਜੀ ਇੱਥੋਂ ਮੱਥਾ ਟੇਕ ਕੇ ਨਿਕਲੇ ਸੀ, ਜੋ ਸ਼ਿਵ ਸੈਨਾ ਬਹੁਤ ਟਕਸਾਲੀ ਨੇਤਾ ਸੀ, ਲੀਡਰ ਸੀਗੇ, ਅਤੇ ਇੱਥੇ ਹੀ ਉਹਨਾਂ ਨੂੰ ਬਾਹਰ ਜਦੋਂ ਬਾਹਰ ਨਿਕਲੇ ਨਾਲ ਹੀ 3-4 ਨਿਹੰਗਾਂ ਨੇ ਜੋ ਦੱਸਿਆ ਸਾਨੂੰ, ਉਹਨਾਂ ਨੇ ਬਹੁਤ ਜ਼ਬਰਦਸਤ ਕਿਰਪਾਨਾਂ ਮਾਰੀਆਂ, ਮਤਲਬ ਕਿ ਮਾਰਨ ਦੀ ਨੀਅਤ ਨਾਲ ਹੀ ਆਏ ਸੀ। ਇੱਕ ਗਨਮੈਨ ਉਹਨਾਂ ਨਾਲ ਮੌਜੂਦ ਸੀਗਾ, ਜਿਹੜਾ ਜਿਹਦੀ ਬਦੌਲਤ ਉਹ ਅੱਜ ਉਹਨਾਂ ਦਾ ਬਚਾਅ ਹੋ ਗਿਆ, ਪਰ 80% ਉਹਨਾਂ ਨੂੰ ਘਾਇਲ ਕਰ ਦਿੱਤਾ ਗਿਆ। ਸੰਦੀਪ ਗੋਰਾ ਥਾਪਰ ਜੀ ਨੂੰ ਉਹਨਾਂ ਨੂੰ ਹੁਣ ਸਿਵਲ ਹੋਸਪਿਟਲ ਤੋਂ CMC ਰੈਫਰ ਕੀਤਾ, ਪਹਿਲਾਂ ਲੈਂਦਾ ਗਿਆ, ਸਿਵਲ ਹੋਸਪਿਟਲ ਵਾਲਿਆਂ ਨੇ CMC ਰੈਫਰ ਕੀਤਾ ਜੀ ਉਹਨਾਂ ਨੂੰ। ਅਤੇ ਮੈਂ ਇੱਕ ਇਹੀ ਗੱਲ ਕਹਿਣੀ ਚਾਹੁੰਦਾ ਮਾਣਯੋਗ ਮੁੱਖ ਮੰਤਰੀ ਸਾਹਿਬ ਨੂੰ, ਮਾਣਯੋਗ ਪੰਜਾਬ ਦੇ DGP ਸਾਹਿਬ ਨੂੰ ਅਤੇ ਲੁਧਿਆਣਾ ਪੁਲਿਸ ਕਮਿਸ਼ਨਰ ਸਾਹਿਬ ਨੂੰ, ਵੀ ਜਿਹੜਾ ਥ੍ਰੈਟ ਪਰਸਨ ਹੈ, ਜਿਹਨੂੰ ਲੋੜ ਹੈ, ਜਿਹਦੀਆਂ ਏਜੰਸੀਆਂ ਨੇ ਰਿਪੋਰਟਾਂ ਦਿੱਤੀਆਂ ਨੇ ਤਾਂ ਹੀ ਗਨਮੈਨ ਸਰਕਾਰ ਨੇ ਲਾਏ ਸੀ, ਜਿਹਨੂੰ ਲੋੜ ਹੈ ਉਹਨੂੰ ਗਨਮੈਨ ਦਿਓ, ਬਾਕੀ ਜਿਹਨੂੰ ਨਹੀਂ ਲੋੜ ਤੁਸੀਂ ਉਹਨੂੰ ਵਾਪਸ ਲੈ ਲਓ, ਕੋਈ ਚੱਕਰ ਨਹੀਂ ਹੈਗਾ। ਪਰ ਬਟ ਇਸ ਤਰ੍ਹਾਂ ਦੇ ਜਿਹੜੇ ਥ੍ਰੈਟ ਪਰਸਨ ਨੇ, ਜਿਹੜਾ ਵੀ ਥ੍ਰੈਟ ਪਰਸਨ ਹੈ, ਜਾਂ ਮੈਂ ਜਾਂ ਨਿਸ਼ਾਂਤ ਸ਼ਰਮਾ ਜੀ ਨੇ ਜਾਂ ਸੰਦੀਪ ਗੋਰਾ ਥਾਪਰ ਜੀ ਜਿਹਨਾਂ ਨੂੰ ਲੱਗੇ ਹੈ, ਜਿਹਨਾਂ ਨੂੰ ਅੱਜ ਘਾਇਲ ਕੀਤਾ,
ਇਹਨਾਂ ਤੋਂ ਸੁਰੱਖਿਆ ਨਹੀਂ ਹਟਾਉਣੀ ਚਾਹੀਦੀ ਜਿਹਨਾਂ ਜਿਹੜੇ ਥਰਡ ਪਰਸਨ ਹੈ। ਹੱਲ ਇਹ ਹੈ ਇਹਨਾਂ ਦੀ ਹਾਲਤ 80% ਘਾਇਲ ਕੀਤਾ ਪਿਆ ਜੀ, ਬਹੁਤ ਜ਼ਿਆਦਾ ਮਾੜੀ ਹਾਲਤ। ਪੁਲਿਸ ਪਹੁੰਚੀ ਹੈ ਜੀ, SP ਸਾਹਿਬ ਵੀ ਆਏ ਨੇ, SP ਸਾਹਿਬ ਵੀ ਜਾਂਚ ਕੀਤੀ ਜਾ ਰਹੀ, ਪਰ ਹਾਲੇ ਨਿਆਂਗ ਹੱਥ ਨਹੀਂ ਆਏ। ਨਹੀਂ ਕੋਈ ਗ੍ਰਿਫਤਾਰੀ ਨਹੀਂ, ਅਸੀਂ ਕਹਿੰਦੇ ਹਾਂ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ। ਉਹਨਾਂ ਦੇ ਹੌਂਸਲੇ ਬੁਲੰਦ ਹੋ ਗਏ, ਜਿੰਨਾ ਇਹ ਅਖਬਾਰਾਂ 'ਚ ਟੀਵੀਆਂ ਦੇ ਰਹੇ ਨੇ ਉਹਦੀ ਸੁਰੱਖਿਆ ਲਾ ਲਈ, ਉਹਦੀ ਲਾ ਲਈ, ਉਹਨਾਂ ਹੀ ਉਹਨਾਂ ਗੈਂਗਸਟਰਾਂ ਦੇ ਜਿਹੜੇ ਅੱਤਵਾਦੀ ਮਾਈਂਡਡ ਲੋਕ ਨੇ ਇਹਨਾਂ ਦੇ ਹੌਂਸਲੇ ਬੁਲੰਦ ਹੋ ਰਹੇ ਨੇ। ਇਸ ਤਰ੍ਹਾਂ ਦੀ ਇਹੀ ਬਈ ਸ਼ਿਵ ਸੈਨਾ ਨਾਲ ਤਾਂ ਤੁਹਾਨੂੰ ਪਤਾ ਹੀ ਹੈ, ਸ਼ਿਵ ਸੈਨਾ ਨਾਲ ਤਾਂ ਜਿਹੜਾ ਕੋਈ ਬੋਲਦਾ ਹੈ ਅੱਤਵਾਦ ਦੇ ਖਿਲਾਫ਼ ਬੋਲਦਾ, ਜਿਹੜਾ ਖਾਲਿਸਤਾਨ ਦੇ ਖਿਲਾਫ਼ ਬੋਲਦਾ, ਜਿਹੜਾ ਦੇਸ਼ ਹਿੱਤ ਦੀ ਆਵਾਜ਼ ਚੱਕਦਾ, ਉਹਨੂੰ ਇਹ ਲੋਕ ਇਸ ਤਰ੍ਹਾਂ ਹੀ ਪਰੇਸ਼ਾਨ ਕਰਦੇ ਨੇ, ਉਹਨੂੰ ਇੱਦਾਂ ਹੀ ਮਾਰਨ ਦੀਆਂ ਸਾਜ਼ਿਸ਼ਾਂ ਮੌਕੇ ਲੱਭਦੇ ਨੇ। ਗਨਮੈਨ ਦੇ ਸਰਕਾਰੀ ਮੁਲਾਜ਼ਮ ਦੇ ਹੁੰਦਿਆਂ ਮਾਰਤਾ ਅਟੈਕ ਕਰਤਾ, ਅਤੇ ਜੇ ਨਹੀਂ ਹੁੰਦਾ ਫਿਰ ਤਾਂ ਅੱਜ ਖਤਮ ਸੀ ਕੰਮ ਬਿਲਕੁਲ। ਸੰਜੀਵ ਥਾਪਰ ਨੇ ਸ਼ਿਵ ਸੈਨਾ ਦੇ ਥੱਲੇ ਗੱਲਬਾਤ ਜੀ, ਜਿੰਨਾ ਕੁ ਸਾਨੂੰ ਪਤਾ ਲੱਗਾ ਕਿ ਉਹ ਕਿਤੇ ਫੰਕਸ਼ਨ 'ਤੇ ਇੱਥੇ ਆ ਰਹੇ ਸੀਗੇ, ਅਤੇ ਹਸਪਤਾਲ ਦੇ ਸਿਵਲ ਹਸਪਤਾਲ ਦੇ ਬਾਹਰ ਹੀ ਆ ਪੁਰਾਣੀ ਜੇਲ੍ਹ ਰੋਡ ਵੱਜਦੀ ਆ, ਉੱਥੇ ਕੋਈ ਨਿਹੰਗਾਂ ਦੇ ਬਾਣੇ ਦੇ ਵਿੱਚ 3-4 ਬੰਦੇ ਸੀਗੇ, ਉਹਨਾਂ ਨੇ ਉਹਨਾਂ ਦੇ ਉੱਤੇ ਅਟੈਕ ਕਰ ਦਿੱਤਾ, ਅਤੇ ਉਹਨਾਂ ਨੂੰ ਫਿਲਹਾਲ ਜਿੰਨਾ ਸਾਨੂੰ ਪਤਾ ਲੱਗਾ ਕਿ ਸਿਵਲ ਹਸਪਤਾਲ ਲਿਆਂਦਾ ਸੀਗਾ, ਹੁਣ ਉਹਨਾਂ ਨੂੰ DMC ਲੈ ਗਏ ਨੇ, ਉਹ ਹੁਣ ਤੱਕ ਉਹ ਸਟੇਬਲ ਨੇ, ਬਾਕੀ ਜੋ ਵੀ ਬਿਆਨ ਦੇਣਗੇ ਉਸ ਤਰ੍ਹਾਂ ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਏਗੀ। ਰੈੱਡ ਅਲਰਟ ਅਸੀਂ ਮਤਲਬ ਨਾਕੇ ਅਲਰਟ ਕਰਾ ਦਿੱਤੇ ਆ, ਅਤੇ ਜਲਦੀ ਉਹਨਾਂ ਨੂੰ ਰੈਸਟ ਕਰਿਆ ਜਾ ਰਿਹਾ ਹੈ। ਕੀਤਾ ਗਿਆ ਕਿੰਨੇ ਕੁ ਲੋਕ ਸੀ, ਕਿੰਨੇ ਕੁ ਸੀਗੇ ਲੋਕ, ਕਿਹੜੇ ਜੀ ਜਿਹਨਾਂ ਨੇ ਹਮਲਾ ਕੀਤਾ? ਵੇਖੋ 3-4 ਬੰਦੇ ਦੱਸਦੇ ਜੀ, ਇਹ ਹਮਲਾ ਕਿਉਂ ਕੀਤਾ ਗਿਆ ਕੁਛ ਪਤਾ? ਇਹ ਕੁਛ ਪਤਾ ਨਹੀਂ, ਇਹ ਤੇ ਹੁਣ ਉਹੀ ਦੱਸਣਗੇ ਨਾ। ਸਰ ਕਿਹਾ ਜਾ ਰਿਹਾ ਐਕਟੀਵਾ ਵੀ ਜਿਹੜੀ ਹੈ ਗੋਰੇ ਥਾਪਰ ਦੀ ਲੈ ਕੇ ਭੱਜੇ ਆ, ਦੱਸਿਆ ਇਹੀ ਹੈ ਜੀ। ਸਿਕਿਉਰਟੀ ਨਾਲ ਸੀ ਕਾਰਨ ਕਿਉਂ? ਹਾਂਜੀ ਹਾਂਜੀ, ਗਨਮੈਨ ਨਾਲ ਸੀਗਾ। ਕਿੰਨੇ ਗਨਮੈਨ ਸੀਗੇ ਜੀ? ਗਨਮੈਨ ਇੱਕ ਫਿਲਹਾਲ ਦੱਸਦੇ ਆ ਵੀ ਨਾਲ ਸੀਗਾ ਜੀ, ਤੇ ਉਹ ਕਿੱਥੇ ਨੇ ਸਰ? ਉਹ ਹੁਣ ਪਤਾ ਮਿਲਦੇ ਆ ਜੀ, ਮੈਂ ਤਾਂ ਮਿਲਿਆ ਨਹੀਂ, ਮੈਂ ਤਾਂ ਹੁਣ ਆਇਆ ਮੌਕੇ ਤੇ ਜਾਂਚ ਕਰ ਰਹੇ ਹਾਂ। ਹਾਂਜੀ ਹਾਂਜੀ, ਮੌਕੇ ਤੇ ਜਾਂਚ ਕਰ ਰਹੇ ਆ, ਜਿਹੜੀ ਵੀ ਗੱਲ ਹੋਰ ਸਾਹਮਣੇ ਆਏਗੀ ਤੁਹਾਨੂੰ ਜ਼ਰੂਰ ਦੱਸੀ। ਸਰ ਕੋਈ CCTV ਸਾਹਮਣੇ ਆਈ ਹੈ ਜੀ? ਕੱਢ ਰਹੇ ਆ ਜੀ, ਦੇਖ ਰਹੇ ਆ ਜੀ। ਕਿਹਾ ਵੀ ਜਾ ਰਿਹਾ ਜੀ ਕਿ ਮੁਲਾਜ਼ਮ ਦਾ ਜਿਹੜਾ ਰਿਵਾਲਵਰ ਖੋਣ ਦੀ ਕੋਸ਼ਿਸ਼ ਕੀਤੀ ਗਈ ਉਹਨੇ ਆਪਣਾ ਬਚਾ ਕੇ, ਹੁਣ ਵੇਖੋ ਮੈਨੂੰ ਮਿਲੇਗਾ ਤੇ ਮੈਂ ਤੁਹਾਨੂੰ ਫੇਰ ਹੀ ਦੱਸਾਂਗਾ ਜੀ, ਜਿੰਨੀ ਕੁ ਮੈਨੂੰ ਗੱਲ ਪਤਾ ਸੀ ਤੁਹਾਨੂੰ ਦੱਸ ਦਿੱਤੀ ਆ। ਬਾਕੀ ਹਾਲਤ ਸਟੇਬਲ ਆ ਜੀ, ਫਿਲਹਾਲ ਸਟੇਬਲ ਨੇ ਬੋਲ ਰਹੇ ਨੇ। ਹਾਂਜੀ ਠੀਕ ਹੈ, ਧੰਨਵਾਦ। ਇਸ ਮੁਲਾਜ਼ਮ ਕੋਲ ਰਿਵਾਲਵਰ ਸੀ ਕਿ ਇਹ ਪੁਲਿਸ ਖਿਲਾਫ ਰਿਵਾਲਵਰ? ਮੈਨੂੰ ਮਿਲੇਗਾ ਜੀ, ਮੈਂ ਉਹਨੂੰ ਦੱਸਾਂਗਾ ਕੀ ਗੱਲ, ਮੈਂ ਕੀ ਵੈਪਨ ਕਿਹੜਾ ਸੀਗਾ ਉਹਨਾਂ ਕੋਲ। ਠੀਕ ਹੈ ਠੀਕ, ਓਕੇ।